ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪਾਖੜ ਸਿੰਘ ਨਿਮਾਣਾ ਵੱਲੋਂ ਅਹੁਦੇ ਤੋਂ ਅਸਤੀਫਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਪਾਖੜ ਸਿੰਘ ਨਿਮਾਣਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮੌਕੇ ਬੰਗਾ ਵਿਖੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੰਗਾ ਹਲਕੇ ਦੇ ਕੁਝ ਸਥਾਨਕ ਆਗੂਆਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਉਹ ਅਸਤੀਫਾ ਦੇ ਰਹੇ ਹਨ। ਬੰਗਾ ਤੋਂ ਅਜੀਤ ਵੈਬ ਟੀਵੀ ਲਈ ਗੁਰਜਿੰਦਰ ਸਿੰਘ ਗੁਰੂ ਦੀ ਰਿਪੋਰਟ। ਪਾਰਟੀ ਦਫ਼ਤਰ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਵੀ ਤੁਹਾਨੂੰ ਕੌਮੀ ਮੀਤ ਪ੍ਰਧਾਨ ਲਾ ਦਿੱਤਾ ਗਿਆ, ਪਰ ਕੁਛ ਸਿਰਫਰੇ ਲੋਕਾਂ ਨੇ ਇੱਥੇ ਜੋ ਹਲਕਾ ਵਿਧਾਇਕ ਹੈ ਔਰ ਜ਼ਿਲ੍ਹੇ ਦਾ ਐਸ ਸੀ ਵਿੰਗ ਦਾ ਪ੍ਰਧਾਨ ਬਣਿਆ ਫਿਰਦਾ ਹੈ, ਇਹਨਾਂ 'ਤੇ ਉਹ ਬਰਦਾਸ਼ਤ ਨਹੀਂ ਹੋਇਆ ਹੈਗਾ। ਇਸ ਕਰਕੇ ਇਹਨਾਂ ਨੇ ਸੱਚ ਝੂਠ ਦੇ ਪਲੰਦਾ ਬਣਾ ਕੇ ਇਹਨਾਂ ਨੇ ਜਾ ਕੇ ਪ੍ਰਧਾਨ ਰਾਣੀਕੇ ਸਾਹਿਬ ਤੋਂ ਇੱਕ ਲੈਟਰ ਕਢਾਇਆ, ਜਿਸ ਦੇ ਵਿੱਚ ਇਹ ਹਦਾਇਤਾਂ ਮੈਨੂੰ ਕੀਤੀਆਂ ਗਈਆਂ ਕਿ ਤੁਸੀਂ ਹਫ਼ਤੇ ਬਾਅਦ ਪਾਰਟੀ ਨੂੰ ਰਿਪੋਰਟ ਦਿਓਗੇ ਔਰ ਜੇ ਤੁਸੀਂ ਕੋਈ ਪਾਰਟੀ ਦੀ ਗਤੀਵਿਧੀਆਂ ਖਰਾਬ ਕੰਮ ਕੀਤਾ ਤੁਹਾਨੂੰ ਬਿਨਾਂ ਕਾਰਨ ਨੋਟਿਸ ਦਿੱਤੇ ਇੱਥੋਂ ਪਾਰਟੀ ਦੇ ਵਿੱਚੋਂ ਖਾਰਜ ਕਰ ਦਿੱਤਾ ਜਾਊਗਾ। ਔਰ ਤੁਹਾਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਹਰ ਮਹੀਨੇ ਪਾਰਟੀ ਦਫ਼ਤਰ ਨੂੰ ਰਿਪੋਰਟ ਕਰੋਗੇ, ਜੋ ਕਿ ਮੇਰੇ 'ਤੇ ਇਹ ਠੋਸਿਆ ਗਿਆ ਹੈ। ਮੈਂ ਸਮਝਦਾ ਹਾਂ ਮੈਂ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਵੀ ਮੈਂ ਬਰਦਾਸ਼ਤ ਕਰਨ 'ਤੇ ਅਸਹਿ ਹਾਂ, ਇਸ ਕਰਕੇ ਮੈਨੂੰ ਇਸ ਪਾਰਟੀ ਅੰਦਰ 5 ਸਾਲ ਪੂਰੇ ਲਗਾਤਾਰ ਮੈਂ ਆਪਣੇ ਇਸ ਜੀਵਨ ਦੇ ਜਿਹੜੇ ਇੱਕ ਪਾਲਿਆ ਉਹ ਪਾਰਟੀ ਦੇ ਗਤੀਵਿਧੀਆਂ ਦੇ ਨਾਲ ਰਿਹਾ ਹਾਂ। ਔਰ ਇੱਥੇ ਦੇ ਹਲਕੇ ਦੇ MLA ਨੂੰ ਅਸੀਂ 46,000 ਵੋਟ ਦੇ ਨਾਲ ਬਹੁਤ ਸਹਿਮਤੀ ਦੇ ਨਾਲ ਜਿਤਾਇਆ ਔਰ MLA ਬਣਾਇਆ। ਉਸ ਤੋਂ ਉਪਰੰਤ ਇਹਨਾਂ ਨੇ ਜਿਹੜੀਆਂ ਬਲਾਕ ਸਮਿਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਹੋਈਆਂ ਹਨ ਉਹਨਾਂ ਦੇ ਵਿੱਚ ਤਕਰੀਬਨ 20,000 ਤੋਂ ਵੀ ਥੱਲੇ ਵੋਟਾਂ ਪ੍ਰਾਪਤ ਕੀਤੀਆਂ ਔਰ 26,000 ਦਾ ਇੱਥੇ ਗੈਪ ਪਿਆ ਵੋਟਾਂ ਦਾ ਹਲਕਾ ਬੰਗਾ ਦੇ ਵਿੱਚ। ਇਹ ਲੋਕ ਹਰ ਪਿੰਡ ਦੇ ਵਿੱਚ ਧੜੇਬੰਦੀ ਬਣਾ ਕੇ 2-2 ਧੜੇ ਬਣਾ ਕੇ ਪੁਰਾਣੇ ਜਿਹੜੇ ਟਕਸਾਲੀ ਹਨ ਉਹਨਾਂ ਲੋਕਾਂ ਨੂੰ ਛੱਡ ਰਹੇ ਹਨ ਅਤੇ ਨਵੇਂ ਲੋਕਾਂ ਨੂੰ ਉਤਸ਼ਾਹ ਕਰ ਰਹੇ ਹਨ ਜੋ ਕਿ ਪਾਰਟੀ 'ਚ ਫੁੱਟ ਦਾ ਕਾਰਨ ਬਣ ਰਹੇ ਹਨ। ਇਸ ਕਰਕੇ ਮੈਂ ਇੰਨਾ ਕੁਛ ਬਰਦਾਸ਼ਤ ਨਹੀਂ ਕਰ ਸਕਦਾ ਕਿ ਇਹਨਾਂ ਨੇ ਹਰ ਬੰਦੇ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡਿਕਟੇਟਰਸ਼ਿਪ ਇੱਥੇ ਹਲਕਾ ਬੰਗਾ ਦੇ ਵਿੱਚ ਕਰ ਰਹੇ ਹਨ। ਹਾਈਕਮਾਂਡ ਨੂੰ ਸੱਚ ਝੂਠ ਦੇ ਨਾਲ ਇਹ ਪਲੰਦਾ ਬਣਾ ਕੇ ਦੱਸ ਰਹੇ ਹਨ। ਇਸ ਕਰਕੇ ਮੈਂ ਇਸ ਪਾਰਟੀ ਦੇ ਜੋ ਮੈਨੂੰ ਰਾਣੀਕੇ ਸਾਹਿਬ ਜੀ ਨੇ ਅਹੁਦਾ ਦਿੱਤਾ ਵਾਈਸ ਪ੍ਰਧਾਨ ਦਾ, ਮੈਂ ਉਹਨਾਂ ਦਾ ਧੰਨਵਾਦੀ ਹਾਂ, ਰੀਣੀ ਹਾਂ, ਪਰ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ ਕੋਈ ਸੱਚ ਝੂਠ ਦਾ ਪਲੰਦਾ ਬਣਾ ਕੇ ਮੇਰੇ ਖਿਲਾਫ਼ ਇਹ ਗੱਲਾਂ ਕੀਤੀਆਂ ਜਾਣ। ਪਰ ਇਹਨਾਂ ਲੋਕਾਂ ਨੇ ਜੋ ਲੋਕਲ ਲੀਡਰਸ਼ਿਪ ਬੈਠੀ ਹੈ ਚੰਦ ਕੁ ਬੰਦੇ ਲੈ ਕੇ ਆਪਣਾ ਇਹ ਜੋ ਕਿ ਆਪਣਾ ਇਹ ਕਰਨਾ ਚਾਹੁੰਦੇ ਹਨ ਮੈਂ ਇਹ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਮੈਂ ਇਸ ਕੌਮੀ ਮੀਤ ਪ੍ਰਧਾਨ ਜਿਹੜਾ ਮੈਨੂੰ ਰਾਣੀਕੇ ਸਾਹਿਬ ਨੇ ਬਣਾਇਆ ਉਹਨਾਂ ਦਾ ਧੰਨਵਾਦੀ ਹਾਂ, ਪਰ ਮੈਂ ਉਸ ਅਹੁਦੇ ਤੋਂ ਅੱਜ ਹੀ ਅਸਤੀਫਾ ਦਿੰਦਾ ਹਾਂ।